ਹਾਂਜੀ ਬਾਬੇ ਹੋ, ਕਿੱਦਾਂ ਕੀ ਹਾਲਤ ਹੈ? ਗੁੜੇ ਹੋ ਸਾਰੇ ਫਿੱਟ ਹੋ? ਕਈ ਡੰਗ ਹੋ ਗਿਆ ਯਾਰ, ਵੀਡੀਓ ਨਹੀਂ ਬਣਾਈ ਅਤੇ ਰੁੱਝੇ ਰਹੇ। ਅੱਛਾ ਯਾਰ, ਕੋਇਲ ਬੋਲਦੀ ਵੀ ਹੈ, ਕਿੰਨੀ ਸੋਹਣੀ ਆਵਾਜ਼ ਆਉਂਦੀ ਵੀ ਹੈ। ਉਹ ਟੂਲ 'ਤੇ ਹੈ, ਇੱਥੇ ਰੁੱਖਾਂ ਦੇ ਵਿੱਚ ਬੈਠੀ ਹੋਈ ਹੈ, ਅਤੇ ਕਿੰਨੀ ਸੋਹਣੀ ਲੱਗਣ ਡੀ ਸੁਬਹਾ ਸੁਬਹਾ ਨੌਂ ਦਾ ਟਾਈਮ। ਹਾਂ, ਗੱਲ ਕਰਦਾ ਪਿਆ ਸੀ ਮੈਂ ਕਿ ਕਈ ਡੰਗ ਹੋ ਗਿਆ ਯਾਰ, ਵੀਡੀਓ ਨਹੀਂ ਬਣਾਈ, ਕੁਝ ਰੁੱਝੇ ਰਹੇ ਹਾਂ। ਕੁਝ ਜ਼ਿਹਨੀ ਤੌਰ 'ਤੇ ਬੰਦਾ ਉਹਨੇ ਕਹਿੰਦਾ ਯਾਰ ਚੱਲ ਛੱਡ, ਕੋਈ ਨਹੀਂ ਸਵੇਰੇ ਬਣਾ ਲਾਂਗੇ, ਪਰਸੋਂ ਬਣਾ ਲਾਂਗੇ। ਮੁੱਦੇ ਬੜੇ ਸੀ, ਗੱਲਾਂ ਬੜੀਆਂ ਸੀ, ਟੌਪਿਕ ਤਾਂ ਬਥੇਰੇ ਨੇ, ਲੇਕਿਨ ਬਸ ਆਹ ਵੀ ਥੋੜ੍ਹਾ ਆਲਸੀ ਕਰ ਜਾਈਦੀ ਆ। ਤਿਲ ਗੱਡੂ ਸਾਂ ਯਾਰ, ਅਤੇ ਹੁਣ ਮੌਸਮ ਤਿਲਾਂ ਦਾ ਪਤਾ, ਕਣਕ ਚੁੱਕੀ ਗਈ ਆ ਅਤੇ ਤਿਲੀਆਂ ਜਨਤਾ ਗੱਡੀ ਆਉਂਦੀ, ਅਤੇ ਆਪਾਂ ਵੀ ਰੌਣੀ ਕੀਤੀ ਸੀ, ਇੱਦਾਂ ਹੀ ਅੱਪੜ ਹੀ ਕਰਤੀ ਕਣਕ ਵੱਢ ਕੇ ਨਾ। ਵਾਹੀ ਕੋਈ ਨਹੀਂ ਗੀ, ਵਾਹ ਕੇ ਕਰੋ ਤਾਂ ਵੀ ਆਉਂਦੇ ਨੇ, ਠੀਕ ਹੈ, ਇੰਝ ਕਰ ਲਓ ਰੌਣੀ ਤਾਂ ਵੀ ਠੀਕ ਹੈ। ਤਿਲ ਗੱਲਣੇ ਨੇ ਇੱਧਰ ਵੀ ਅਤੇ ਉਹ ਪਰਲੀ ਸਾਈਡ 'ਤੇ ਉੱਥੇ ਵੀ, ਅਤੇ ਸਤੰਬਰ ਕਾਸ਼ਤ ਕਮਾਨ ਜਿਹੜੇ ਨੇ ਮਾਸ਼ਾਅੱਲਾ ਛਾਂ ਕਰਦੇ ਪਏ ਨੇ। ਮੋਢੇ ਥੋੜ੍ਹੇ ਜਿਹਾ ਮਾੜੇ ਨੇ, ਜਿਹੜੇ ਮੋਢੇ ਲੇਟ ਵਡੀਜੇ ਹੋਏ ਨੇ ਉਹ ਠੀਕ ਨੇ। ਜਿਹੜੇ ਪਹਿਲਾਂ ਵੱਢੇ ਗਏ ਸੀ, ਕਮਾਨ ਛਿੱਲੇ ਗਏ ਸੀ, ਉਹ ਥੋੜ੍ਹੇ ਜਿਹਾ ਕਮਾਨ ਹਾਲੇ ਫੋਟ ਨਹੀਂ ਕੀਤੀ, ਉਹਨਾਂ ਕਮਜ਼ੋਰ ਨੇ। ਅਤੇ ਤਿਲ ਗੱਡਦੇ ਹਾਂ ਅੱਜ ਆਪਾਂ, ਅਤੇ ਨਾਲ ਰਹੋ। ਦੂਸਰੀ ਗੱਲ ਇਹ ਕਿ ਗੱਲ ਮੈਂ ਕਰਨੀ ਜ਼ਰੂਰੀ ਤੁਹਾਡੇ ਨਾਲ, ਹੀਰਾ ਮੰਡੀ ਦੀ। ਮੰਡੀ ਜਿਹੜਾ ਸ਼ੋਅ ਆਇਆ, ਫਿਲਮ ਜੀ ਆਈ ਆ ਇੰਡੀਆ ਦੀ, ਊਂ ਤਾਂ ਆਪਣਾ ਫਿਲਮਾਂ ਨਾਲ ਕੋਈ ਲੈਣਾ ਦੇਣਾ ਹੈ ਨਹੀਂ, ਨਾ ਆਪਾਂ ਕਦੇ ਵੇਖੀਆਂ ਨੇ, ਨਾ ਕਦੇ ਰਿਵਿਊ ਕੀਤੇ ਨੇ ਪਹਿਲੇ, ਲੇਕਿਨ ਇੱਕ ਗੱਲ ਚੱਲਦੀ ਪਈ ਸੀ ਉਹਦੇ 'ਤੇ ਹੁਣ ਗੱਲ ਕਰਨੀ ਬਣਦੀ ਆ, ਕਿਉਂਕਿ ਗੱਲ ਪੰਜਾਬ ਦੀ ਆ, ਗੱਲ ਪੰਜਾਬੀ ਦੀ ਆ। ਜਿੱਥੇ ਗੱਲ ਪੰਜਾਬ ਪੰਜਾਬੀ ਦੀ ਆਉਂਦੀ ਆ, ਉੱਥੇ ਰਿਵਿਊ ਛੱਡ ਕੇ ਆਪਾਂ ਨੂੰ ਸੰਗ ਪਾੜ ਕੇ ਵੀ ਬੋਲਣਾ ਪਵੇ ਤਾਂ ਆਪਾਂ ਬੋਲੀ ਦਾ। ਅਤੇ ਉਹਦੇ ਬਾਰੇ ਕੁਝ ਕੁ ਗੱਲਾਂ ਬਾਤਾਂ ਹੈ ਨੇ, ਉਹ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕੀ ਨੇ। ਅਤੇ ਬਾਕੀ ਹੁਣ ਆਪਾਂ ਚੱਲਦੇ ਹਾਂ, ਟਰੈਕਟਰ ਟੁਕਟਰ ਲੈ ਆਈਏ, ਅਤੇ ਇਹ ਗੱਡੀ ਹੈ ਤਿਲ, ਅਤੇ ਅੱਲਾ ਪਾਕ ਕਰਮ ਕਰੇ। ਹਾਰਿਸ਼ ਠੀਕ ਹੈ? ਲੈ ਬਾਬੇ, ਉਹ ਦਾਗਾ ਲਈ ਜਾਣੀ ਸੀ ਯਾਰ, ਕਿਲਾ ਦੀ ਬਿਜਾਈ ਸ਼ੁਰੂ ਨੂੰ ਤੇ ਖਾਸਾਂ ਆ ਗਈਆਂ ਨੇ ਨਾਲ ਦੀ ਨਾਲ, ਕਮਾਦ ਨੂੰ ਪਾਉਣੀ ਹੈ ਯਾਰ, ਯੂਰੀਆ ਖਾਦ ਅੱਗੇ ਨੂੰ ਡੀ ਏ ਪੀ ਪਾਈ ਵਿਖਾਈ ਇੱਧਰ ਨੂੰ, ਇਹ ਮੋਢਾ ਅਤੇ ਇਹਨੂੰ ਨਾਲ ਟੂਆ ਚਲਾਉਣ ਲੱਗਾ, ਚਾਬੀ ਵੀ ਲੈਣ ਦੀ, ਅਤੇ ਉੱਧਰ ਮਾਰੀ ਕੈਮਰਾ ਟਰੈਕਟਰ ਆ ਗਿਆ, ਅਤੇ ਖੇਲ ਗੱਡੂਆਂ ਯਾਰ ਬੰਦੇ, ਕੋਈ ਆਉਂਦਾ ਪਟੜੀਆਂ ਦੇ ਗੱਡੋ ਖੇਲਾ ਬਣਾ ਕੇ, ਕੋਈ ਆਉਂਦਾ ਇੰਝ ਸੁਹਾਗਾ ਮਾਰ ਦੂ ਕਿਵੇਂ ਕਿਵੇਂ, ਵੱਖੋ ਵੱਖ ਇੰਦਰਾਤ ਹੈ ਸਾਰੇ ਦੀ, ਵੱਖੋ ਵੱਖ ਮਹਿਕਮਾ ਐਗਰੀਕਲਚਰ ਬਣੇ ਹੋਏ ਨੇ ਸਾਰੇ। ਅਤੇ ਇੱਥੇ ਹੀ ਆ ਗੱਲ ਮੈਂ ਕਰਦਾ ਜੀ ਤੁਹਾਡੇ ਨਾਲ ਹੀਰਾ ਮੰਡੀ ਦੀ। ਇੱਥੇ ਯਾਰ ਨਾ ਟਰੈਕਟਰ ਦਾ ਸ਼ੋਰ ਬੜਾ, ਸਾਈਡ 'ਤੇ ਹੋ ਕੇ ਮੈਂ ਤੁਹਾਡੇ ਨਾਲ ਗੱਲ ਕਰਨਾ, ਗੱਲ ਥੋੜ੍ਹੀ ਜਿਹੀ ਲੰਮੀ ਹੋ ਜਾਣੀ ਹੈ, ਠੀਕ ਹੈ ਆ ਜਾਓ। ਗੱਲ ਮੈਂ ਕਰਦਾ ਸੀ ਹੀਰਾ ਮੰਡੀ ਦੀ ਕਿ ਸਾਡੀ ਚਾਹੇ ਬੋਲੀ ਹੋਵੇ, ਚਾਹੇ ਸਾਡਾ ਵਿਰਸਾ ਹੋਵੇ, ਚਾਹੇ ਸਾਡਾ ਅਦਬ ਹੋਵੇ, ਲਿਟਰੇਚਰ ਹੋਵੇ, ਜਾਂ ਸਾਡੀਆਂ ਕੋਈ ਵੀ ਹੈਰੀਟੇਜ ਪਲੇਸਿਸ ਹੋਣ, ਅਸੀਂ ਪੰਜਾਬੀਆਂ ਨੇ ਕਦੇ ਵੀ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਦੀ ਵੀ ਅਸੀਂ ਆਪਣੇ DNA ਨਾਲ ਜੁੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅਸੀਂ ਹਮੇਸ਼ਾ ਆਪਣਾ ਪਿਓ ਬਾਹਰ 'ਚੋਂ ਲੱਭਿਆ, ਪੰਜਾਬ 'ਚੋਂ ਨਹੀਂ ਲੱਭਿਆ, ਚਾਹੇ ਲੋਕਾਂ ਨੇ ਸਾਡਾ ਵਿਰਸਾ, ਜਿਵੇਂ ਕਿ ਹੀਰਾ ਮੰਡੀ ਦੀ ਮਿਸਾਲ ਆ ਜਾਂ ਸਾਡੀ ਬੋਲੀ ਦੀ ਮਿਸਾਲ ਹੈ, ਇਹਨੂੰ ਜੱਡਾਂ ਚਾਹਲਾਂ ਦੀ ਬੋਲੀ ਕਿਹਾ ਗਿਆ, ਕਿ ਦੂਜੇ ਲੋਕਾਂ ਨੇ ਸਾਡੇ ਵਿਰਸੇ ਨੂੰ ਕਲੰਕਿਤ ਕੀਤਾ ਔਰ ਸਾਡੇ ਤੱਕ ਅਪਣਾਇਆ, ਜਿਵੇਂ ਗੋਰਾ ਹੋ ਗਿਆ, ਜਿਵੇਂ UPCP ਦੇ ਭਈਏ ਹੋ ਗਿਆ, ਉਹਨਾਂ ਸਾਡਾ ਵਿਰਸਾ ਕਲੰਕਿਤ ਕੀਤਾ, ਸਾਡੇ ਤੱਕ ਆਇਆ, ਔਰ ਸਾਡਾ ਕਸੂਰ ਹੈ ਕਿ ਅਸੀਂ ਕਦੀ ਵੀ ਆਪਣੇ ਵਿਰਸੇ ਨੂੰ, ਆਪਣੀ ਬੋਲੀ ਨੂੰ, ਆਪਣੇ ਹੈਰੀਟੇਜ ਨੂੰ ਖੰਗਾਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਜਿਵੇਂ ਕਿ ਸਾਨੂੰ ਦੱਸਿਆ ਗਿਆ ਅਸੀਂ ਉਸੇ ਤਰ੍ਹਾਂ ਹੀ ਮੰਨ ਕੇ ਇਹਨੂੰ ਚੱਲੇਗਾ, ਔਰ ਅੱਜ ਸਾਡੀ ਬੋਲੀ ਇੱਕ ਜਵਾਕ ਬੋਲਦਾ ਸਾਡਾ, ਤਾਂ ਅਸੀਂ ਉਹਨੂੰ ਚੁੱਪ ਕਰਾਉਂਦੇ ਹਾਂ। ਔਰ ਹੀਰਾ ਮੰਡੀ ਲਾਹੌਰ ਦੇ ਵਿੱਚ ਸਾਡੇ ਪੰਜਾਬ ਦਾ ਇਲਾਕਾ, ਉਹਦਾ ਨਾਂ ਲੈਣਾ ਹੋਵੇ ਤਾਂ ਕੋਲ ਕੋਈ ਜਵਾਕ ਬੈਠਾ ਹੋਵੇ ਤਾਂ ਅਸੀਂ ਉਹਨੂੰ ਉਠਾ ਦਿੰਦੇ ਹਾਂ, ਅਤੇ ਸਿਆਣੇ ਚਾਰ ਬੰਦੇ ਬੈਠੇ ਹੋਣ ਅਤੇ ਮੇਰੀ ਉਮਰ ਦਾ ਬੰਦਾ ਬੈਠਾ ਹੋਵੇ ਤਾਂ ਕਦੀ ਵੀ ਹੀਰਾ ਮੰਡੀ ਦਾ ਨਾਂ ਨਹੀਂ ਲੈਂਦਾ। ਗੱਲ ਕੀ, ਕਿਉਂਕਿ ਉਸ ਜਗ੍ਹਾ ਨੂੰ ਇੰਨਾ ਗੰਦਾ ਬਣਾ ਦਿੱਤਾ ਗਿਆ, ਉਹ ਥਾਂ ਚਲੋ ਨਾ ਨਾ ਹੀਰਾ ਮੰਡੀ,
ਕਿ ਹੀਰਾ ਸਿੰਘ ਦੀ ਮੰਡੀ, ਜਿਹੜਾ ਰਾਜਾ ਦਿਹਾਨ ਸਿੰਘ ਦਾ ਪੁੱਤਰ ਸੀ, ਰਾਜਾ ਦਿਹਾਨ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਵਜ਼ੀਰ ਸੀ, ਉਹਦੇ ਨਾਂ 'ਤੇ ਉਹ ਹੀਰਾ ਸਿੰਘ ਦੀ ਮੰਡੀ ਸੀ, ਜਿੱਥੇ ਕਿ ਉਹ ਗੱਲਾ ਅਨਾਜ ਜਿਹੜਾ ਆਪਣਾ ਸਟੋਰ ਕਰਦਾ ਹੁੰਦਾ ਸੀ। ਉਸ ਤੋਂ ਪਹਿਲਾਂ ਮੁਗਲ ਦੌਰ ਦੇ ਵਿੱਚ ਵੀ ਜਿਹੜਾ ਹੀਰਾ ਮੰਡੀ ਇਲਾਕਾ ਇਹਦੇ ਵਿੱਚ ਰਕਸ ਮਸੀਕੀ ਕਹਿ ਲਓ ਜਾਂ ਗਾਣਾ ਵਜਾਉਣਾ, ਭੋਲੀ ਜੀ ਕੌਮ ਇੱਥੇ ਬਿਠਾਈ ਹੁੰਦੀ ਸੀ, ਬੜਾ ਅਦਬ ਅਦਾਬ ਜਿਹੜੇ ਸਿਖਾਉਂਦੇ ਨੇ ਉਰਦੂ ਸਪੀਕਿੰਗ, ਹੈ ਨਾ, ਇਹ ਮੁਗਲਾਂ ਨੇ ਬਿਠਾਏ ਹੁੰਦੇ ਸੀ। ਉਦੋਂ ਵੀ ਇਲਾਕਾ ਐਡਾ ਬਦਨਾਮ ਇਲਾਕਾ ਨਹੀਂ ਸੀ, ਲੇਕਿਨ ਜਦੋਂ ਗੋਰਾ ਆਇਆ ਉਹਨੇ ਸਾਡੇ ਵਿਰਸੇ ਨੂੰ ਕਲੰਕਿਤ ਕਰਨ ਵਾਸਤੇ ਸਾਡੀ ਬੋਲੀ ਨੂੰ ਜੱਡਾਂ ਜਾਹਲਾਂ ਦੀ ਬੋਲੀ ਕਿਹਾ ਗਿਆ, ਸਾਨੂੰ ਧਰਮਾਂ 'ਤੇ ਵੰਡਿਆ, ਸਾਨੂੰ ਜੁਗਰਾਫੀਆ ਹੀ ਵੰਡਿਆ, ਸਾਡੇ ਵਿਰਸੇ ਨੂੰ ਕਲੰਕਿਤ ਕੀਤਾ ਔਰ ਕਰਕੇ ਸਾਡੇ ਤੱਕ ਅਪੜਾਇਆ ਕਿ ਕਹਿੰਦੇ ਨੇ ਕਿ ਕਿਸੇ ਕੌਮ ਨੂੰ ਗੁਲਾਮ ਕਰਨਾ ਉਹਨਾਂ ਦਾ ਵਿਰਸਾ ਕਲੰਕਿਤ ਕਰ ਦਿਓ, ਉਹਨੇ ਉਹ ਕੰਮ ਕੀਤਾ ਔਰ ਸਾਨੂੰ ਉਹਨੇ ਗੁਲਾਮ ਕਰ ਲਿਆ। ਇੱਥੇ ਉਹਨੇ ਬਾਹਰ ਤੋਂ ਸੈਕਸ ਵਰਕਰ ਲਿਆਂਦੀਆਂ, ਉਹਨਾਂ ਕੋਲ ਸੈਕਸ ਕਰਵਾਇਆ, ਭੈੜੇ ਕੰਮ ਕਰਵਾਏ ਔਰ ਇਲਾਕਾ ਜਿਹੜਾ ਇੱਕ ਬਦਨਾਮੇ ਜ਼ਮਾਨਾ ਬਣ ਗਿਆ ਔਰ ਅੱਜ ਅਸੀਂ ਇਸ ਹੀਰਾ ਮੰਡੀ ਦਾ ਨਾਮ ਹੀ ਲੈਂਦੇ। ਗੱਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਲੇਕਿਨ ਗੱਲ ਮੁੱਦੇ ਦੀ ਜਿਹੜੀ ਮੈਂ ਕਰਨਾ ਕਿ ਹੀਰਾ ਮੰਡੀ, ਮੈਂ ਉਹਦੇ 'ਤੇ ਗੱਲ ਕਿਉਂ ਕਰ ਰਿਹਾ। ਮੈਂ ਫਿਲਮ ਵੇਖੀ ਨਹੀਂ ਕਿ ਬਾਹਰੋਂ ਲੋਕਾਂ ਕੋਲ ਸੁਣਿਆ ਸੁਣਾਇਆ ਜਾਂ ਮੈਂ ਇੱਕ ਦੋ ਕਲਿੱਪ ਉਹਦੇ ਵੇਖੇ ਨੇ, ਉਹਦੇ ਵਿੱਚ ਨੁਕਰਾਣੀਆਂ ਜਿਹੜੀਆਂ ਨੇ ਉਹਨਾਂ ਦੇ ਕੋਲੋਂ ਪੰਜਾਬੀ ਬਣਵਾਈ ਜਾ ਰਹੀ ਹੈ। ਮਤਲਬ ਕਿ ਉੱਥੇ ਵੀ ਇਹ ਦਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਰਦੂ ਜਿਹੜੀ ਹੈ ਉਹ ਜਾਂ ਤਾਂ ਮਹਾਰਾਜਾ ਦੀ ਜ਼ਬਾਨ ਸੀ ਜਾਂ ਕੰਜਰਾਂ ਦੀ ਜ਼ਬਾਨ ਸੀ। ਹੁਣ ਗੱਲ ਮੈਂ ਇਹ ਕਰਨਾ ਚਾਹੁੰਦਾ ਕਿ ਉੱਥੇ ਵੀ ਨੌਕਰਾਂ ਕੋਲ ਜਿਵੇਂ ਅੱਜ ਦਾ ਕਨਸੈਪਟ, ਅੱਜ ਵੀ ਕਿਸੇ ਨੂੰ ਚੋਰ ਡਾਕੂ ਨੌਕਰ ਬਣਾਉਣਾ ਹੋਵੇ ਤਾਂ ਉਹ ਪੰਜਾਬੀ ਨੂੰ ਕਿਰਦਾਰ ਦਿੰਦੇ ਨੇ, ਚਾਹੇ ਬੋਲੀਵੁੱਡ ਵਾਲੇ ਹੋਣ ਅਤੇ ਚਾਹੇ ਸਾਡੇ ਪਾਕਿਸਤਾਨ ਦੇ ਵਿੱਚ ਡਰਾਮਾ ਇੰਡਸਟਰੀ ਹੋਵੇ ਜਾਂ ਫਿਲਮ ਇੰਡਸਟਰੀ ਹੋਵੇ, ਉਹ ਇਹ ਕੰਮ ਕਰਦੇ ਨੇ। ਗੱਲ ਮੈਂ ਕਰਨਾ ਚਾਹੁੰਦਾ ਕਿ ਬੜੇ ਸਾਰੇ ਲੋਕ, ਕੱਲ੍ਹ ਪਰਸੋਂ ਇੱਕ ਬੰਦੇ ਦੇ ਨਾਲ ਮੇਰਾ ਸਿਰ ਫਸਿਆ ਹੋਇਆ ਸੀ, ਉਹ ਵੀ ਇਹੀ ਗੱਲ ਕਰਦਾ ਪਿਆ ਸੀ ਕਿ ਜਿਹੜੀ ਉਰਦੂ ਹੈ ਬੜੀ ਮਹੱਜ਼ਬ ਜ਼ਬਾਨ ਹੈ। ਮੈਂ ਜ਼ਬਾਨਾਂ ਦਾ ਕੰਪੈਰੀਜ਼ਨ ਨਹੀਂ ਕਰਨ ਲੱਗਾ, ਉਹ ਕਹਿ ਰਿਹਾ ਸੀ ਕਿ ਉਰਦੂ ਬੜੀ ਮਹੱਜ਼ਬ ਤਮੀਜ਼ ਵਾਲੀ ਜ਼ਬਾਨ ਹੈ ਔਰ ਪੰਜਾਬੀ ਦੇ ਵਿੱਚ ਵੁਸਤ ਨਹੀਂ ਹੈ, ਤਮੀਜ਼ ਨਹੀਂ ਹੈ, ਯੇ ਹੈ ਵੋ ਹੈ, ਤਹਿਜ਼ੀਬ ਵਾਲੀ ਜ਼ਬਾਨ ਨਹੀਂ ਹੈ। ਸੋ ਮੈਂ ਗੱਲ ਇਹ ਕਰਨ ਲੱਗਾ ਸਾਂ, ਬੇਸਿਕਲੀ ਮੈਂ ਕਿਸੇ ਵੀ ਜ਼ਬਾਨ ਨੂੰ ਛੋਟਾ ਜਾਂ ਦੂਜੀ ਜ਼ਬਾਨ ਨੂੰ ਵੱਡਾ ਨਹੀਂ ਦੱਸਣਾ ਚਾਹੁੰਦਾ। ਗੱਲ ਕਿ ਪੰਜਾਬੀ ਮੇਰੀ ਮਾਂ ਬੋਲੀ ਹੈ ਔਰ ਉਰਦੂ ਜਿਹੜੀ ਆ ਸਾਡੀ ਸਟੇਟ ਦੀ ਜ਼ਬਾਨ ਹੈ। ਹੁਣ ਗੱਲ ਇਹ ਕਿ ਜਿਹੜੇ ਲੋਕ ਇਹ ਗੱਲ ਕਰਦੇ ਨੇ ਕਿ ਪੰਜਾਬੀ ਵਿੱਚ ਵੁਸਤ ਨਹੀਂ ਹੈ, ਪੰਜਾਬੀ ਵਿੱਚ ਤਹਿਜ਼ੀਬ ਨਹੀਂ ਹੈ, ਪੰਜਾਬੀ ਪੇਂਡੂਆਂ ਦੀ ਜ਼ਬਾਨ ਹੈ, ਪੰਜਾਬੀ ਅਨਪੜ੍ਹ ਜਾਹਲਾਂ ਦੀ ਜ਼ਬਾਨ ਹੈ, ਤਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਉਰਦੂ ਕਿਹੜੀ ਸੱਚੀ ਸਵਿੱਤਰੀ ਹੈ? ਬਾਬੇ ਉਰਦੂ ਵੀ ਤਾਂ ਕਹਿੰਦੇ ਹੁੰਦੇ ਸੀ, ਸਾਡੇ ਕਈ ਜਿਹੜੇ ਨਾ ਆਪਣੇ ਪੰਜਾਬੀ ਕੌਮਪ੍ਰਸਤ ਬੰਦੇ ਜਿਹੜੇ ਬਾਹਲੇ ਅਗਰੈਸਿਵ ਨੇ, ਬੜੇ ਜਜ਼ਬੇ ਨਾਲ ਕੰਮ ਕਰਦੇ ਨੇ, ਉਹ ਅਕਸਰ ਪੋਸਟਾਂ ਕਰ ਦਿੰਦੇ ਹੁੰਦੇ ਸੀ ਕਿ ਉਰਦੂ ਜਿਹੜੀ ਆ ਲਖਨਊ ਦੇ ਕੋਠੇ ਦੀ ਬੋਲੀ ਆ, ਉੱਥੇ ਦਾ ਨਾਂ ਰੇਖਤਾ ਸੀ। ਬਾਅਦ ਦੇ ਵਿੱਚ 1877 ਦੇ ਵਿੱਚ ਫੋਰਟ ਵੈਲੀਅਮ ਕਾਲਜ ਕਲਕੱਤਾ 'ਚ ਗੋਰੇ ਨੇ ਇਹਨੂੰ ਥੋੜ੍ਹਾ ਬਹੁਤਾ ਸਿੱਧਰਾ ਕਰਕੇ ਬਾਕੀ ਜ਼ਬਾਨਾਂ ਨੇ ਅੱਖਰ ਪਾ ਕੇ ਉਰਦੂ ਬਣਾ ਕੇ ਸਾਡੇ ਉੱਤੇ ਲਾਗੂ ਕਰਤਾ। ਇਹ ਲਖਨਊ ਦੇ ਕੋਠੇ ਦੀ ਬੇਸਿਕਲੀ ਜ਼ਬਾਨ ਔਰ ਕੋਠੇ 'ਤੇ ਇਹ ਵੇਖੋ ਕਿਹੜੇ ਤਰੀਕੇ ਨਾਲ ਬੋਲੀ ਜਾ ਰਹੀ ਹੈ, ਫਿਲਮ ਦੇ ਵਿੱਚ ਵਿਖਾਈ ਜਾ ਰਹੀ ਹੈ, ਬੜੇ ਤਮੀਜ਼ ਨਾਲ ਬੋਲੀ ਜਾ ਰਹੀ ਹੈ, ਰੀਅਲ ਉਰਦੂ ਨਾਲ ਬਣਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਠੀਕ ਹੈ, ਹੁਣ ਇੱਥੋਂ ਇਹ ਗੱਲ ਸਾਬਤ ਹੁੰਦਾ ਕਿ ਜਿਹੜੇ ਲੋਕ ਸਾਡੀ ਪੰਜਾਬੀ ਨੂੰ ਟਾਰਗੇਟ ਕਰਦੇ ਸੀ ਉਹਨਾਂ ਨੂੰ ਉਹਨਾਂ ਆਪ ਹੀ ਵਿਖਾਤਾ ਜਮਨਾ ਪਾਰ ਵਾਲਿਆਂ ਨੇ ਕਿ ਇਹ ਬੋਲੀ ਕਿੱਥੇ ਬੋਲੀ ਜਾਂਦੀ ਹੈ ਔਰ ਕਿੱਥੇ ਸਿਖਾਈ ਜਾਂਦੀ ਹੈ ਔਰ ਨਵਾਬ ਲੋਕ ਕਿੱਥੇ ਬੋਲੀ ਸਿੱਖਣ ਸਿਖਾਉਣ ਵਾਸਤੇ, ਅਦਬੋਦਾਬ ਸਿੱਖਣ ਸਿਖਾਉਣ ਵਾਸਤੇ ਕਿੱਥੇ ਭੇਜਦੇ ਹੁੰਦੇ ਸੀ? ਕੋਠੇ 'ਤੇ। ਮੈਂ ਗੱਲ ਜ਼ਬਾਨ ਨੂੰ ਮਾੜਾ ਨਹੀਂ ਕਹਿ ਰਿਹਾ, ਮੈਂ ਇਹਨਾਂ ਲੋਕਾਂ ਨੂੰ ਜਵਾਬ ਦੇ ਰਿਹਾ ਜਿਹੜੇ ਸਾਡੀ ਬੋਲੀ ਨੂੰ ਮਾੜਾ ਕਹਿੰਦੇ ਨੇ, ਅਤੇ ਉਹਦੇ ਬਰਕਸ ਮੇਰੀ ਬੋਲੀ, ਸਾਡੀ ਪੰਜਾਬੀ ਮਾਂ ਬੋਲੀ, ਉਹ ਪੀਰਾਂ ਗੁਰੂਆਂ ਦੀ ਝੋਲੀ ਦੇ ਵਿੱਚ ਪਲੀ ਹੈ, ਉਹ ਬਾਬੇ ਫਰੀਦ ਦੀ ਝੋਲੀ 'ਚ ਪਲੀ ਆ, ਬੁੱਲੇ ਸ਼ਾਹ ਦੀ ਝੋਲੀ 'ਚ ਪਲੀ ਆ, ਬਾਬੇ ਨਾਨਕ ਦੀ ਝੋਲੀ 'ਚ ਪਲੀ ਆ, ਗੁਰੂ ਅਰਜਨ ਦੇਵ ਸਿੰਘ ਦੀ ਝੋਲੀ ਦੇ ਵਿੱਚ ਪਲੀ ਆ, ਇਹ ਸਾਡੀ ਗੁਰੂਆਂ ਪੀਰਾਂ ਨੇ ਪੰਜਾਬੀ ਜਿਹੜੀ ਆ ਪਾਲੀ ਆ, ਅਤੇ ਇਹ ਉਰਦੂ। ਠੀਕ ਹੈ, ਔਰ ਦੂਜੀ ਗੱਲ ਇਹ ਕਿ ਇਹਨਾਂ ਜਮਨਾ ਪਾਰ ਵਾਲੇ ਹੋਣ ਜਾਂ ਕਰਾਚੀ ਵਾਲੇ ਹੋਣ ਜਾਂ ਕੋਈ ਵੀ ਸਾਡੀ ਆ ਸਭ ਕੰਟੀਨੈਂਟ ਦੀ ਫਿਲਮ ਇੰਡਸਟਰੀ ਹੋਵੇ, ਇਹਨਾਂ ਕੋਲ ਪੰਜਾਬ ਤੋਂ ਸਵਾ ਕੰਮ ਕਰਨ ਨੂੰ ਹੈ ਕੀ? ਜੇ ਕਦੀ ਯੋਧਿਆਂ ਦੀ ਗੱਲ ਆਉਂਦੀ ਤਾਂ ਭਗਤ ਸਿੰਘ 'ਤੇ ਫਿਲਮਾਂ ਬਣਾਉਂਦੇ ਨੇ, ਦੁੱਲੇ ਭੱਟੀ 'ਤੇ ਫਿਲਮਾਂ ਬਣਾਉਂਦੇ ਨੇ, ਡਰਾਮੇ ਬਣਾਉਂਦੇ ਨੇ, ਆਰਟੀਕਲ ਲਿਖਦੇ ਨੇ, ਕਦੀ ਰਜਿਸਟਰ ਦੀ ਗੱਲ ਆਉਂਦੀ ਤਾਂ ਪੰਜਾਬ ਨੂੰ ਸਾਹਮਣੇ ਪਾਇਆ ਜਾਂਦਾ, ਚਾਹੇ ਉਹ ਰਾਜੇ ਪੁਰਸ਼ ਦੀ ਗੱਲ ਹੋਵੇ ਜਾਂ ਰਾਜੇ ਜੈਪਾਲ ਦੀ ਗੱਲ ਹੋਵੇ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਵੇ ਜਾਂ ਊਧਮ ਸਿੰਘ ਦੀ ਗੱਲ ਹੋਵੇ ਜਾਂ ਭਗਤ ਸਿੰਘ ਦੀ ਗੱਲ ਹੋਵੇ ਜਾਂ ਰਾਏ ਅਹਿਮਦ ਕਾਖਰ ਦੁੱਲਾ ਭੱਟੀ ਤੱਕ ਦੀ ਗੱਲ ਹੋਵੇ, ਨਿਜ਼ਾਮ ਲੋਹਾਰ ਮਲੰਗੀ ਦੀ ਗੱਲ ਹੋਵੇ, ਰਜਿਸਟਰ ਦੇ ਵਿੱਚ ਪੰਜਾਬ ਨੂੰ ਰੱਖਿਆ ਜਾਂਦਾ ਔਰ ਪੰਜਾਬ ਦੀ ਹੀ ਹਮੇਸ਼ਾ ਤਰੀਕ ਲਿਖੀ ਜਾਂਦੀ ਹੈ। ਇਹ ਸਭ ਕੰਟੀਨੈਂਟ ਦੇ ਵਿੱਚ ਜਿੰਨਾ ਵੀ ਸਾਡਾ ਪਾਕ ਹਿੰਦ ਦਾ ਇਲਾਕਾ, ਉੱਥੇ ਪੰਜਾਬ ਦੀ ਤਰੀਕ ਹੀ ਇੱਕ
ਠੋਕ ਕੇ ਅੱਗੇ ਵੱਜਦੀ ਹੈ। ਅਤੇ ਕਦਮਨ ਦੀ ਗੱਲ ਹੋਵੇ ਤਾਂ ਉੱਥੇ ਵੀ ਪੰਜਾਬ ਹੀ ਆਉਂਦਾ, ਹੜੱਪਾ ਸਿਵਿਲਾਈਜੇਸ਼ਨ। ਜੇ ਬੋਲੀ ਦੀ ਗੱਲ ਹੋਵੇ ਤਾਂ ਪੰਜਾਬੀ ਹੈ, ਜਿੱਦਾਂ ਆਪਣਾ ਕੈਲੰਡਰ, ਬਾਕੀ ਹੈ ਸਭ ਕੰਟੀਨੈਂਟ ਦੇ ਵਿੱਚ ਜਿਹੜੀਆਂ ਜ਼ਬਾਨਾਂ ਨੂੰ ਵੱਡਾ ਦੱਸਦੇ ਨੇ, ਉਹਦੀ ਮੈਨੂੰ ਵਿਖਾ ਦੇਣ ਕਿ ਇਹਦਾ ਕੈਲੰਡਰ ਆਪਣਾ ਹੈਗਾ ਜਾਂ ਇਹਦੀ ਇੰਨੀ ਕਦਮਤ ਹੈਗੀ। ਸੋ ਗੱਲ ਮੈਂ ਇਹ ਕਰਨ ਲੱਗਾ ਕਿ ਸਾਡਾ ਵਿਰਸਾ, ਸਾਡੀ ਹੈਰੀਟੇਜ, ਸਾਡਾ ਸਾਰਾ ਕੁਛ, ਲੇਕਿਨ ਅਸੀਂ ਉਹਦੇ 'ਤੇ ਕੰਮ ਕਿਉਂ ਨਹੀਂ ਕਰ ਰਹੇ? ਕੰਮ ਜਮਨਾਪਾਰ ਵਾਲੇ ਕਰਦੇ ਪਏ, ਜਦੋਂ ਦਿਲ ਕਰਦਾ ਤਰੋੜ ਮਰੋੜ ਕੇ ਪੇਸ਼ ਕਰ ਦਿੰਦੇ ਨੇ, ਜਦੋਂ ਦਿਲ ਕਰਦਾ ਉਹਨੂੰ ਚੰਗੇ ਤਰੀਕੇ ਨਾਲ ਪੇਸ਼ ਕਰ ਦਿੰਦੇ ਨੇ, ਚੰਗੇ ਤਰੀਕੇ ਨਾਲ ਘੱਟ ਹੀ ਪੇਸ਼ ਕੀਤਾ, ਜਾਂ ਬਹੁਤਾ ਦਿਲ ਕਰਦਾ ਤਾਂ ਯਾਰ ਨੌਕਰ ਬਣਾ ਦਿੰਦੇ ਨੇ ਪੰਜਾਬੀ ਨੂੰ, ਜਾਂ ਕੁਝ ਕਰ ਦਿੰਦੇ ਨੇ। ਮੁੱਦੇ ਦੀ ਗੱਲ ਇਹ ਵੀ ਸਾਡੇ ਤੋਂ ਸਵਾ ਇਹਨਾਂ ਕੋਲ ਹੈ ਕੀ? ਇਹ ਪੂਰੇ ਸਭ ਕੰਟੀਨੈਂਟ ਕੋਲ। ਦਲੇਰੀ ਦੀ ਗੱਲ ਕਰ ਲਓ, ਕਦਾਮਤ ਦੀ ਗੱਲ ਕਰ ਲਓ, ਵਸਤ ਦੀ ਗੱਲ ਕਰ ਲਓ, ਬੋਲੀ ਦੀ ਗੱਲ ਕਰ ਲਓ, ਖਾੜਗੂਆਂ ਦੀ ਗੱਲ ਕਰ ਲਓ, ਠੀਕ ਹੈ, ਪੜ੍ਹੇ ਲਿਖੇ ਲੋਕਾਂ ਦੀ ਗੱਲ ਕਰ ਲਓ, ਪੰਜਾਂ ਪਾਣੀਆਂ ਦੀ ਗੱਲ ਕਰ ਲਓ, ਕਿਸੇ ਧਰਤੀ 'ਤੇ ਪੰਜ ਪਾਣੀ ਹੋਣ ਤਾਂ ਸਾਰਾ ਸਾਡਾ, ਇਹ ਸਾਰਾ ਕੁਝ ਸਾਡਾ, ਸਾਡਾ ਮਵਾਦ ਚੁੱਕ ਕੇ, ਸਾਡੇ ਇਲਾਕੇ ਚੁੱਕ ਕੇ, ਜਿਵੇਂ ਹੀਰਾ ਮੰਡੀ ਦਾ ਚੁੱਕ ਕੇ ਇਹਨਾਂ ਨੇ ਫਿਲਮ ਬਣਾਈ ਹੈ, ਸਾਡੇ ਇਲਾਕੇ ਸਾਡੇ ਲੋਕਾਂ ਦੇ ਚੱਕ ਕੇ ਬਣਾ ਕੇ, ਅਤੇ ਮਾੜੇ ਵੀ ਮੁੜ ਕੇ ਅਸੀਂ, ਮਾਰ ਵੀ ਪੰਜਾਬੀ ਖਾਂਦੇ ਨੇ, ਅੱਜ ਵੀ ਸਾਡੇ ਵਾਸਤੇ 47 ਆ, ਅਸੀਂ ਬਲੋਚਿਸਤਾਨ ਜਾਣਾ ਸਾਨੂੰ ਗੋਲੀ ਵੱਜਦੀ ਹੈ, ਅਸੀਂ KPK ਜਾਣਾ ਸਾਨੂੰ ਗੋਲੀ ਵੱਜਦੀ ਆ, ਉੱਧਰ 2 ਕਰੋੜ ਪੰਜਾਬੀ ਬੈਠਾ ਹੋਇਆ, ਆਏ ਦਿਨ ਦਿੱਲੀ ਧਰਨਾ ਲਾ ਕੇ ਬੈਠੇ ਹੁੰਦੇ ਨੇ, ਕਦੀ ਮੁੰਡੇ ਉਹਨਾਂ ਦੇ ਨਸ਼ਿਆਂ 'ਚ ਮਾਰਦੇ ਨੇ, ਕਦੀ ਮੁੰਡੇ ਉਹਦੇ ਇਨਕਾਊਂਟਰ ਕਰਕੇ ਮਾਰਦੇ ਨੇ, ਕਦੀ ਉਹਦੇ ਧੀਆਂ ਭੈਣਾਂ ਚੁੱਕ ਲਿਆ ਕੇ ਥਾਣਿਆਂ ਦੇ ਵਿੱਚ ਧੀ ਅਤੇ ਪਿਓ ਨੂੰ ਪਾਉਂਦੇ ਨੇ, ਜਾਂ ਭਰਾ ਨੂੰ ਭੈਣ 'ਤੇ ਪਾਉਂਦੇ ਨੇ। ਇਹ ਮਤਲਬ ਕਿ ਜ਼ਲਾਲਤਾਂ ਜਿਹੜੀਆਂ ਇਹ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਆਈਆਂ ਹੋਈਆਂ ਨੇ। ਇੱਥੇ ਵੀ ਕਿਹੜਾ ਸਾਨੂੰ ਸੁੱਖ, ਅੱਜ ਵੀ 47 ਹੈ, 20 ਲੱਖ ਬੰਦਾ ਅਸੀਂ ਮਰਵਾ ਕੇ ਆਏ ਹਾਂ, ਠੀਕ ਆ। ਗੱਲ ਮੈਂ ਇਹ ਕਰਨਾ, ਮੈਂ ਇਸ ਚੀਜ਼ ਨੂੰ ਪਿੱਟਦਾ ਕਿ ਸਾਡਾ ਵਿਰਸਾ ਯਾਰ, ਸਾਡੀ ਬੋਲੀ ਯਾਰ, ਸਾਡਾ ਪੰਜਾਬ, ਸਾਡੇ ਵਰਗੀ ਧਰਤੀ ਕਿਸੇ ਕੋਈ ਨਹੀਂ ਗੀ, ਸਾਡੇ ਵਰਗੇ ਲੋਕ ਸੋਹਣੇ ਸੜਕੇ ਕਿਸੇ ਕੋਈ ਨਹੀਂ, ਕਿ ਸਾਡੇ 6-6 ਫੁੱਟ ਕੱਦ ਵਾਲੇ, ਸਾਡੇ ਵਰਗੀ ਦਲੇਰੀ ਕਿਸੇ ਕੋਈ ਨਹੀਂ ਗੀ। ਕਦੋਂ ਸੋਚਾਂਗੇ, ਕਦੋਂ ਸਮਝਾਂਗੇ, ਕਦੋਂ ਇਸ ਚੀਜ਼ 'ਤੇ ਗੌਰ ਕਰਾਂਗੇ ਯਾਰ, ਕਦੋਂ ਸਾਡੇ ਵਿੱਚ ਇੱਕ ਸਿਆਸੀ ਸ਼ੋਰ ਆਊਗਾ ਔਰ ਅਸੀਂ ਆਪਣੇ ਵਾਸਤੇ ਸਿਆਸਤ ਕਰਾਂਗੇ, ਆਪਣੇ ਪੰਜਾਬ ਵਾਸਤੇ ਸਿਆਸਤ ਕਰਾਂਗੇ, ਕਦੋਂ ਹੋਵੇਗਾ ਟਾਈਮ ਹੋ ਜਿਹੜਾ, ਠੀਕ ਹੈ। ਸਾਡੀ ਬੋਲੀ, ਅਸੀਂ 12 ਕਰੋੜ ਸਾਡੀ ਬੋਲੀ ਖੂੰਜੇ ਲਾ ਰੱਖੀ ਹੈ ਇਹਨਾਂ ਨੇ, ਸਾਡੀ ਬੋਲੀ ਇੱਥੇ ਬੋਲੀ ਨਹੀਂ ਜਾਂਦੀ, ਬੋਲਣ 'ਤੇ ਵੀ ਪਾਬੰਦੀ ਹੈ, ਪੜ੍ਹਾਈ ਲਿਖਾਈ 'ਤੇ ਵੀ ਪਾਬੰਦੀ ਹੈ, ਕਿਤੇ ਤੁਹਾਨੂੰ ਕਿਤੇ ਵੀ ਬੱਸ ਅੱਡੇ 'ਤੇ ਪਬਲਿਕ ਪਲੇਸ 'ਤੇ ਤੁਹਾਨੂੰ ਬੋਲੀ ਪੰਜਾਬੀ ਕਿਤੇ ਦੇਖਣ ਨੂੰ ਨਹੀਂ ਮਿਲਦੀ, ਕੋਈ ਅਖਬਾਰ ਕੋਈ TV ਕੁਛ ਨਹੀਂ ਹੈ, ਉਧਰਲੇ ਪਾਸੇ ਖੂੰਜੇ ਲਾਉਣ ਨੂੰ ਫਿਰਦੇ ਨੇ। ਗੱਲ ਇਹ ਨਾ, ਸਾਡੇ ਲੋਕ ਕਿੱਥੇ ਕੈਨੇਡਾ ਅਮਰੀਕਾ ਤੱਕ ਪਹੁੰਚ ਗਏ ਨੇ, ਲੇਕਿਨ ਪਿਛੋਕੜ ਗੱਲ ਉੱਥੇ ਰੂਟਸ ਨਾਲ ਟੁੱਟ ਚੁੱਕੇ ਨੇ, ਠੀਕ ਆ। ਮੇਰੇ ਪਿੱਛੇ ਰੁੱਖ ਵੇਖਦੇ ਪਏ, ਜਾ ਕੇ ਜੜ੍ਹਾਂ ਵੱਢਦੇ ਹੋ ਇਹਨਾਂ ਦੀਆਂ, ਇਹ ਸੁੱਕ ਜਾਣੇ ਆ, ਬਲਕਿ ਉਹ ਟਾਹਲੀ ਵੇਖਦੇ ਪਏ ਉਹਨਾਂ ਇੱਕ ਸੁੱਕੀ ਪਈ ਹੈ ਵਿੱਚੋਂ, ਕਿਉਂਕਿ ਉਹਦੀ ਜੜ੍ਹਾਂ ਖਰਾਬ ਹੋ ਗਈਆਂ। ਗੱਲ ਇਹ ਕਿ ਜਦੋਂ ਬੰਦਾ ਜੜ੍ਹਾਂ ਨਾਲ ਟੁੱਟਿਆ ਉਹ ਖਤਮ ਹੈ। ਗੱਲ ਇਹ ਲੰਮੀ ਸਾਰੀ ਸਪੀਚ ਦੀ ਇਹ ਮਤਲਬ ਹੈ ਵੀ ਸਾਰਾ ਸਾਡਾ, ਲੰਮੀ ਸਪੀਚ ਦਾ ਮਤਲਬ ਹੈ ਕਿ ਸਾਰਾ ਕੁਝ ਸਾਡਾ, ਬਣਾਈ ਉਹ ਲੋਕ ਜਾਂਦੇ ਨੇ, ਸਾਨੂੰ ਆਪ ਧਿਆਨ ਦੇਣਾ ਚਾਹੀਦਾ, ਸਾਨੂੰ ਆਪ ਕਰਨਾ ਚਾਹੀਦਾ। ਔਰ ਇਹ ਲੋਕ ਜਿਹੜੇ ਜਿਵੇਂ ਹੀਰਾ ਮੰਡੀ ਦੇ ਵਿੱਚ ਇੱਕ ਸਾਡੀ ਜਿਹੜੀ ਬੋਲੀ ਹੈ ਨੌਕਰਾਂ ਦੇ ਕੋਲੋਂ ਬੁਲਵਾਈ ਗਈ ਹੈ, ਮੈਂ 1000 ਫਿਲਮਾਂ ਦੇ ਵਿੱਚ ਪਹਿਲੇ ਵੀ ਕਿਉਂ ਬਈ ਸਾਡੀ ਬੋਲੀ ਕਿਉਂ, ਠੀਕ ਹੈ। ਔਰ ਸਾਡਾ ਜਿਹੜਾ ਇਲਾਕਾ ਇਹਨੂੰ ਐਡਾ ਬਦਨਾਮੇ ਜ਼ਮਾਨਾ ਕਰ ਦਿੱਤਾ ਕਿ ਉੱਥੋਂ ਲੋਕ ਉੱਠ ਉੱਠ ਕੇ ਜਿਹੜੇ ਸਿਆਣੇ ਲੋਕ ਸੀ ਚੰਗੇ ਕਰਾਂ ਦੇ ਮੂਵ ਹੋ ਗਏ ਨੇ, ਠੀਕ ਹੈ। ਜਦੋਂ ਕਿਤੇ ਬਾਹਰ ਜਾ ਕੇ ਐਡਰੈਸ ਦੱਸ ਜੇ ਆਪਣਾ ਕਿ ਹੀਰਾ ਮੰਡੀ 'ਚੋਂ ਅਸੀਂ ਹੀਰਾ ਮੰਡੀ 'ਚ ਰਹਿੰਦੇ ਹਾਂ, ਉੱਥੋਂ ਆਏ ਹਾਂ, ਬੰਦੇ ਉਹਨਾਂ ਨਾਲ ਰਿਸ਼ਤੇਦਾਰੀ ਨਹੀਂ ਸੀ ਕਰਦੇ। ਕਿਸ ਵਜ੍ਹਾ ਤੋਂ? ਇਹਨਾਂ ਲੋਕਾਂ ਦੀ ਵਜ੍ਹਾ ਤੋਂ ਜਿਹੜੇ ਅੱਜ ਸਾਡੇ 'ਤੇ ਫਿਲਮਾਂ ਵੀ ਬਣਾ ਰਹੇ ਨੇ, ਠੀਕ ਹੈ, ਸਾਡਾ ਮਵਾਦ ਵੀ ਯੂਜ਼ ਕਰ ਰਹੇ ਨੇ, ਸਾਡਾ ਕੰਟੈਂਟ ਵੀ ਯੂਜ਼ ਕਰ ਰਹੇ ਨੇ, ਔਰ ਇਹੀ ਲੋਕ ਸਾਡਾ ਗਲਤ ਪ੍ਰਚਾਰ ਵੀ ਕਰਦੇ ਨੇ, ਜਿਵੇਂ ਸਾਡੇ ਇੱਥੇ ਕਰਾਚੀ ਦੇ ਵਿੱਚ, ਲਾਹੌਰ ਦੇ ਵਿੱਚ, ਸਾਰੀ ਇੰਡਸਟਰੀ ਸ਼ਿਫਟ ਜਿਹੜੀ ਆ ਉਹ ਕਰਾਚੀ ਦੇ ਵਿੱਚ ਹੋ ਗਈ ਹੈ, ਪੰਜਾਬੀ 'ਚ ਸਾਰਾ ਕੰਮ ਉਰਦੂਆਈਜ਼ ਹੋ ਗਿਆ, ਹਰ TV ਚੈਨਲ, ਹਰ ਚੀਜ਼ ਉਹ ਉਰਦੂ ਦੇ ਵਿੱਚ ਆ, ਪੰਜਾਬੀ ਵਿੱਚ ਕੋਈ ਨਹੀਂ ਗੀ। ਕਿਉਂ ਬਈ? ਫਿਲਮਾਂ ਹੀ ਫਿਰ ਉੱਥੇ ਬਹਿ ਕੇ ਸਾਡੀਆਂ, ਮੈਂ ਪੰਜਾਬ ਨਹੀਂ ਜਾਊਂਗੀ, ਪੰਜਾਬੀ ਦੇ ਵਿੱਚ ਪੰਜਾਬ ਦੇ ਹੀਰੋ ਲੈ ਕੇ ਬਣ ਰਹੀਆਂ ਨੇ, ਅਤੇ ਇੰਡਸਟਰੀ ਵੀ ਉੱਥੇ ਖਤਮ ਕਰਤੀ। ਗੱਲ ਇਹ ਕਿ ਸਾਨੂੰ ਲੋਕ ਵਰਤ ਰਹੇ ਨੇ ਯਾਰ, ਪੰਜਾਬੀਆਂ ਨੂੰ, ਠੀਕ ਹੈ। ਉਹ ਚਾਹੇ ਫਿਲਮੀ ਜਗਤ ਹੋਵੇ, ਉਹ ਚਾਹੇ ਲਿਖਤੀ ਜਗਤ ਹੋਵੇ, ਉਹ ਚਾਹੇ ਕੋਈ ਵੀ ਸਭ ਕੰਟੀਨੈਂਟ ਦੇ ਵਿੱਚ ਕੋਈ ਵੀ ਗੱਲਬਾਤ ਹੋਵੇ ਨਾ, ਪੰਜਾਬੀ ਹਮੇਸ਼ਾ ਅੱਗੇ ਆਉਂਦੇ ਨੇ, ਅਤੇ ਪੰਜਾਬੀਆਂ ਲੋਕ ਵਰਤਦੇ ਨੇ, ਪੰਜਾਬੀ ਭੋਲੇ ਨੇ, ਪੰਜਾਬੀ ਦਿਲ ਤੋਂ ਚੱਲਦੇ ਨੇ, ਦਿਮਾਗ ਤੋਂ ਨਹੀਂ ਚੱਲਦੇ, ਲੋਕ ਦਿਮਾਗ ਤੋਂ ਚੱਲਦੇ ਨੇ, ਜਮਨਾਪਾਰ ਵਾਲੇ ਵੀ, ਆ ਸਾਡੇ ਇੱਥੋਂ ਕਰਾਚੀ ਵਾਲੇ ਬਈਏ ਵੀ, ਕਿਉਂਕਿ ਇਹ ਵੀ ਉੱਥੋਂ ਉੱਠ ਕੇ ਆਏ ਨੇ UPCP ਦੇ ਵਿੱਚੋਂ, ਪਰ ਆ ਸਾਡੇ ਬਾਕੀ ਕੌਮਾਂ ਜਿਹੜੀਆਂ ਸਾਡੀ ਅੱਜ ਦੀ ਹੁਣ ਬਣੀਆਂ ਨੇ, ਇਹ ਵੀ ਪੈਣਾ। ਗੱਲ ਇਹ ਕਿ ਸਾਨੂੰ ਆਪਣੇ ਆਪ 'ਤੇ ਪਹਿਰਾ ਦੇਣਾ ਪੈਣਾ, ਔਰ ਅਸੀਂ ਇਹ ਪਹਿਰਾ ਦੇਈਏ,
ਸਾਡਾ ਕੰਟੈਂਟ ਹੈ, ਸਾਡੀਆਂ ਚੀਜ਼ਾਂ ਨੇ, ਔਰ ਸਾਡੀਆਂ ਚੀਜ਼ਾਂ ਨੂੰ ਗਲਤ ਪੋਰਟਰੇਟ ਨਾ ਕਰੋ। ਦਲਜੀਤ ਦੋਸਾਂਝ ਨੇ ਕਿਹਾ ਨਾ ਕਿ ਮੈਂ ਸਰਦਾਰ ਸਰਦਾਰਾਂ ਨੂੰ ਗਲਤ ਪੋਰਟਰੇਟ ਕੀਤਾ ਇਹਨਾਂ ਨੇ, ਅਤੇ ਮੈਂ ਕੱਪੜੇ ਤਾਂ ਪਾ ਕੇ ਜਾਂਦਾ ਕਹਿੰਦਾ ਲੋਕਾਂ ਦੀਆਂ ਅੱਖਾਂ ਖੁੱਲ੍ਹਣ ਪਤਾ ਲੱਗਿਆ ਵੀ ਇੱਦਾਂ ਨਹੀਂ, ਇੱਦਾਂ ਹੈ ਕਿ ਪੰਜਾਬੀ ਬੰਦਾ ਇੱਦਾਂ ਨਹੀਂ, ਇੱਦਾਂ ਹੁੰਦਾ, ਆਹ ਗੱਲ ਹੈ। ਸੋ ਸਾਨੂੰ ਇੱਦਾਂ ਕਰਨਾ ਚਾਹੀਦਾ, ਇੱਦਾਂ ਬਣਨਾ ਚਾਹੀਦਾ। ਹੁਣ ਮੈਂ ਗੱਲ ਕਿ ਸਾਂਝੀ ਕਰਦਾ, ਉਹ ਸਾਹਮਣੇ ਟਰੈਕਟਰ ਚੱਲਦਾ ਪਿਆ ਨਾ, ਮੈਨੂੰ ਨਹੀਂ ਸਮਝ ਆਉਂਦੀ ਵੀ ਕਿ ਇਸ ਬੰਦੇ ਦੀ ਮਸ਼ੂਕ ਨੱਸ ਗਈ ਹੈ ਕਿਸੇ ਨਾਲ ਜਾਂ ਕੀ ਚੱਕਰ ਹੈ। ਸਵੇਰ ਦਾ ਇਸ ਬੰਦੇ ਨੇ ਅਕਰਮ ਰਾਈ ਲਾਇਆ ਅਤੇ ਜੂੰ ਰੋਣ ਲੱਗਾ ਸੀ। ਹਵਾ ਮੇਰੇ ਦਿਲ ਨੂੰ ਘਊ ਮਊ ਹੋਣ ਲੱਗ ਪਈ, ਇਸ ਬੰਦੇ ਨੇ ਨਹੀਂ ਬੰਦ ਕੀਤਾ। ਕਦੀ ਕਹਿੰਦਾ ਮਿੱਟੀ ਦੇ ਭਾਅ ਵਿਕ ਗਿਆ, ਕਦੀ ਕਹਿੰਦਾ ਸਾਡਾ ਪਿਆਰ ਵੈਰ ਨੇ ਝੂਠਾ ਕਰਤਾ, ਕਦੀ ਕੁਛ। ਆ ਬਿੱਲਿਆ ਮੈਂ ਜਾ ਕੇ ਉਹਨੂੰ ਚਪੇੜਾ ਮਾਰਨ ਲੱਗਾ ਹੈ ਯਾਰ, ਉਹ ਸਵੇਰ ਦਾ ਅਕਰਮ ਰਾਈ ਲਾਇਆ, ਇਹਨੂੰ ਆਵਾਜ਼ ਵੀ ਮਾਰੀ ਕਿ ਸਿੱਧੂ ਮੂਸੇਵਾਲਾ ਲਾ ਦੇ, ਪਰ ਨਹੀਂ, ਸੋਨੇ ਨਾਲ ਹੁੰਦੇ ਸੀ ਕੀਮਤੀ ਮਿੱਟੀਆਂ ਦੇ ਭਾਅ ਵਿਕਾ ਭਾਈ, ਅਸੀਂ ਨਹੀਂ ਵਿਕੇ, ਬੰਦ ਕਰ ਲੈ ਇਹਨੂੰ, ਸਿਆਪਾ ਬਣਾਇਆ ਸਾਡੇ ਵਾਸਤੇ। ਅੱਛਾ ਬਾਬੇ ਗੱਲ ਇਹ, ਅਸੀਂ ਗੱਡੂਆਂ ਤਿਲ ਰੂਟਾ ਲਿਆ ਮਾਰ ਇਹਦੇ ਵਿੱਚ, ਅਤੇ ਬੰਦਾ ਛੱਟਾ ਦਿੰਦਾ ਪਿਆ ਖਾਦ ਦਾ, ਥੱਲੇ ਨੈਟਰੋ ਪਾਉਂਦੇ ਪਿਆ ਨਾਲ ਬੀਜ ਦੇ, ਅਤੇ ਮੁੜ ਕੇ ਉੱਤੋਂ ਸੀ ਸੁਹਾਗਾ ਕਰ ਦੇਣਾ, ਕਿਉਂਕਿ ਖੇੜਾ ਨਹੀਂ ਕੱਢਦੇ ਪਿਆ, ਸਾਡਾ ਸਾਰਾ ਲਾਣਾ ਬਾਕੀ ਜਿਹੜਾ ਨਾ ਉਹ ਖੇੜਾ ਕੱਢ ਕੇ ਲਾਉਂਦਾ ਪਿਆ, ਅਤੇ ਮੈਂ ਕੋਈ ਨਹੀਂ ਖੇੜਾ ਕੱਢੂ, ਅਤੇ ਮੈਂ ਅੱਗੇ ਉਹਨੂੰ ਆਉਂਦਾ ਪਿਆ ਸੀ, ਮੈਂ ਕਿਹਾ ਦੁਆ ਕਰ ਆਪਣੇ ਤਿਲ ਜਿਹੜੇ ਨੇ ਚੰਗੇ ਉੱਗਰ ਪੈਣ, ਚੰਗੇ ਹੋ ਜਾਣ ਅੱਲਾ ਕਰੇ, ਅਤੇ ਜੇ ਨਾ ਨਾ ਹੋਏ ਤਾਂ ਇਹਨਾਂ ਸਾਰਿਆਂ ਨੇ ਆਖਣਾ ਖੇੜਾ ਕੱਢ ਲੈਂਦਾ, ਅਤੇ ਇਹਨੂੰ ਕਿਹਾ ਕਿਹਾ ਸੀ ਇਹਨੇ ਕਰ ਖੇੜਾ ਕੱਢ ਲੈਂਦਾ, ਤੈਨੂੰ ਆਖਿਆ ਸੀ ਖੇੜਾ ਕੱਢ ਲੈ, ਅਤੇ ਗੱਲ ਇਹ ਖੇੜਾ ਮਤਲਬ ਕਿ ਪਟੜੀਆਂ, ਠੀਕ ਹੈ। ਬੜਾ ਸੋਹਣਾ ਮੌਸਮ ਹੋ ਰੱਖਿਆ ਯਾਰ, ਕਿਆ ਬਾਤ ਇਹੋ ਜਿਹੀ ਰੁੱਤ ਅੱਲਾ ਦੇ ਭਲੇ ਹੋ ਲੋਕੋ, ਕਿੱਥੋਂ ਲੱਭਣੀ ਅੱਲਾ ਦੇ ਬੰਦੇ ਆ ਤੁਹਾਨੂੰ ਪੰਜਾਬ ਵਰਗੀ। ਹਾਂ ਮਿਲਿਆ, ਓਕੇ ਦੀ ਰਿਪੋਰਟ ਹੈ, ਚਲੋ ਅੱਲਾ ਖੈਰ ਕਰੇਗਾ। ਅੱਜ ਰਾਤ ਬਾਬੇ ਉਹ ਇੱਥੇ ਹੀ ਆ, ਫਿਰ ਗਲਣੇ ਨੇ, ਉਸ ਤੋਂ ਬਾਅਦ ਕਮਾਂ ਸਾਰਾ ਭਰਨਾ, ਖਾਦ ਮਿਲਦੀ ਪਈ ਉਹ ਸਕੂਟਰ 'ਤੇ ਆਪਾਂ ਅੱਗੇ ਲੈ ਕੇ, ਖਾਦ ਪਾਉਣੀ ਦਾ ਟੂਬਲ ਚਲਾਉਣਾ, ਰਾਤ ਅੱਜ ਇੱਥੇ ਕਿੱਦਾਂ ਪਏਗਾ ਅੱਲਾ ਹੀ ਫਿਰਨਾ। ਹੁਣ ਗਰਮੀਆਂ ਜਿਹੜੀਆਂ ਨੇ ਨਾ ਉਹ ਇੱਥੇ ਲੰਘੜੀਆਂ ਨੇ, ਕਿਉਂਕਿ ਕਮਾਂ ਦੇ ਅਤੇ ਕਮਾਂ ਨੂੰ ਪਾਣੀ, ਗਰਮੀ ਇੱਥੇ ਤਰੇ ਦੀ, ਪਾਣੀ 'ਤੇ ਪਾਣੀ, ਪਾਣੀ 'ਤੇ ਪਾਣੀ, ਹਾਲੇ ਗਰਮੀ ਐਡੀ ਪਈ ਨਹੀਂ ਹੈ, ਉਦੋਂ ਗਰਮੀ ਸ਼ੁਰੂ ਹੋਣੀ ਹੈ ਨਾ। ਉਹ ਟਰੈਕਟਰ ਬੰਦ ਕਰੀ ਸਕੂਟਰ, ਇੱਕ ਵਾਰੀ ਚੌਕ ਤੋਂ ਬੰਦ ਕਰ ਰਹੇ, ਬੰਦ ਕਰੀ ਕਰ ਦੇ ਬੰਦ ਹੁਣ, ਸਿਆਪਾ ਬਣਾਇਆ ਤੂੰ ਤੇਰੇ ਪਿਓ ਨੇ, ਉਹ ਤੇਰਾ ਬੁੜਾ ਨਹੀਂ ਵਾਹੁੰਦਾ ਪਿਆ ਪੈਲੀ ਹੈ, ਤੇਰਾ ਬੁੜਾ ਜਾਂ ਉਹਨੂੰ ਕਿਹਾ ਖਦਾਦਾ ਨਾ ਹੀ ਅਕਰਮ ਰਾਈ ਬੰਦ ਕਰ ਲੈ, ਉਹਨੂੰ ਕਿਹਾ ਤੈਨੂੰ ਤੇਰੇ ਪੀਰਾਂ ਦਾ, ਕਿੰਨੇ ਕਿਹੜੇ ਪੀਰਾਂ ਨੂੰ ਮੰਨਦਾ, ਮੈਂ ਅੱਗੇ ਉਹਨੂੰ ਪੁੱਛਦਾ ਪਿਆ, ਮੈਂ ਕਿਹਾ ਚੀਦੇ ਦਾ ਨੰਬਰ ਆ ਤਾਂ ਮੈਨੂੰ ਦੇ ਉਹਨੂੰ, ਮੈਂ ਆਖਾਂ ਜੀ ਅਕਰਮ ਰਾਈ ਬੰਦ ਕਰ ਲਿਆ, ਸਾਨੂੰ ਰੋਣਾ ਆ ਗਿਆ, ਕਿਵੇਂ ਹੁਣ ਨਹੀਂ ਮਾਈ ਨਾਲ ਸੈਟਿੰਗ ਠੀਕ ਹੈ ਹੈਂ, ਲੜਾਈ ਤਾਂ ਨਹੀਂ ਹੋਈ, ਦੁੱਖ ਦੁੱਖ ਤਾਂ ਨਹੀਂ ਕੋਈ, ਕਿ ਮਸ਼ੂਕ ਤਾਂ ਨਹੀਂ ਭੱਜ ਗਈ, ਫਿਰ ਕੀ ਰੋਲਾਇਆ, ਉਹਨੇ ਕਿਹਾ ਸਿੱਧੂ ਮੂਸੇਵਾਲਾ ਲਾ ਦੇ ਹੈਂ, ਫਿਰ ਉਹਨੂੰ ਕਿਹਾ ਅਕਰਮ ਰਾਈ ਬੰਦ ਕਰ ਲੈ, ਤੇਰੀ ਮਿਹਰਬਾਨੀ, ਜਾ ਅੱਲਾ ਸ਼ੁਕਰ। ਇਹ ਭਾਈ ਉਹਦਾ ਮੁੰਡਾ ਸੀ, ਲਾਮਾ ਦੇ ਦਿੱਤਾ ਸੀ ਉਹਨੂੰ ਕਿ ਭਾਈ ਇਹ ਬੰਦ ਕਰ ਲੈ, ਤੇਰੀ ਮਿਹਰਬਾਨੀ, ਮੈਂ ਤਾਂ ਨੰਬਰ ਲਾ ਕੇ ਉਹਨੂੰ ਫੋਨ ਕਰੂ ਸੀ, ਕੀ ਹੈ ਇਹ ਤਿਲਾਂ ਦੀ ਥੈਲੀ ਹੁੰਦੀ ਹੈ, ਕੀ ਕਰਨਾ ਤੂੰ, ਆ ਤੇਲ ਮੈਂ ਖਾਇਆ ਨਾ, ਕੋਈ ਸ਼ੈ ਲੈ ਆ, ਕੀ ਲੈ ਆਵਾਂ, ਨਹੀਂ ਤਾਂ ਪੀ ਫੇਰ ਕਹਣਾ ਉੱਗਿਆ ਘੱਟ ਆ, ਤੂੰ ਖਾਈ ਜਾ ਪੁੱਤਰ, ਨਾ ਹੋਏ ਤੇਰੇ ਨਾਲ ਮੁੱਕ ਲੈਣਾ ਮੈਂ। ਹਾਂ ਹੁਣ ਕੀ ਰਾਤ ਕਿੱਦਾਂ ਪਾਉਣਾ ਇੱਥੇ, ਕਿੱਦਾਂ ਪਾਈਦਾ, ਮੈਂ ਕਿਹਾ ਰਾਤ ਕਿੱਦਾਂ, ਰਾਤ ਪੂਰੀ ਹੁਣ ਇੱਥੇ ਲਾਉਣਾ ਪਾਣੀ ਕਿ ਨਹੀਂ ਹੈ, ਪਾਣੀ ਲਾਉਣ ਦੇ, ਇੱਧਰ ਵੇਚ ਤਾਂ ਸੀ ਮੇਰੇ ਨਾਲ, ਲਾਉਣਾ ਪਾਣੀ ਹੁਣ, ਲਾਉਣਾ ਵਾ ਖਾਦ,
ਖਾਦ ਸੁੱਟਣ ਲੱਗੇ ਆ ਸੁੱਟੀਏ ਪਾਣੀ ਕਿਹੜੇ ਦੀ ਮੈਨੂੰ ਉਧਰ ਉਰਾਂ ਨੂੰ ਆ ਜਾਣਾ ਨਹੀਂ ਸਪੀਡ ਨਹੀਂ ਅੱਗੇ ਖਾਲਾ ਭਰਿਆ ਸੀ ਤੇ ਉਹ ਇੱਧਰ ਨੂੰ ਛੁੱਟਿਆ ਨਾ ਖਾਲਾ ਖਾਲੀ ਆ ਇਧਰੋਂ ਤੇ ਅੱਗੋਂ ਹੁਣ ਉਧਰੋਂ ਟੂਲ ਚੱਲ ਗਿਆ ਤੇ ਹੁਣ ਉਹ ਜਣਾ ਸੈੱਟ ਆ ਨੱਕੇ ਸਹੀ ਆ ਮੱਛਰ ਵੀ ਬੜਾ ਲੜਨਾ ਹੀ ਉਹ ਮੁਸਪਿਲ ਦੀ ਇੱਕ ਪੁੜੀ ਲੈ ਆਈ ਹੈ ਲਾ ਲਈ ਆ ਰਾਣੀ ਭਾਈ ਜਾਨ ਲੈ ਕੇ ਚੰਗੀ ਬੋ ਵਾਲੀ ਨਾ ਲਿਆਈ ਬੋ ਵਾਲੀ ਹੋਵੇਗੀ ਤਾਂ ਭਾਈ ਜਾਨ ਬੋ ਵਾਲੀ ਹੋਵੇਗੀ ਦੁਆੜੇ ਨੂੰ ਲਾਉਣਾ ਤੁਸੀਂ ਬੋ ਵਾਲੀ ਹੋਈ ਤੇ ਬੋ ਤੋਂ ਮੱਛਰ ਡਰ ਕੇ ਭੱਜੇਗਾ ਔਰ ਮੱਛਰ ਦਾਣੀ ਥੋੜੀ ਲੈ ਕੇ ਆਉਣੀ ਹਨੇਰਾ ਪੈ ਗਿਆ ਬਾਬੇ ਸ਼ਾਮ ਹੋ ਗਈ ਹੈ ਤੇ ਠੀਕ ਹੈ ਅੱਲਾ ਦੇ ਹਵਾਲੇ ਇਹ ਅੱਜ ਦੀ ਗੱਲਬਾਤ ਆ ਮਾੜੀ ਚੰਗੀ ਯਾਰ ਜਿਵੇਂ ਦੀ ਟੁੱਟੀ ਫੁੱਟੀ ਗੱਲਬਾਤ ਹੁੰਦੀ ਹੈ ਭਰਾਓ ਕਬੂਲ ਕਰਿਆ ਕਰੋ ਅਤੇ ਜਿਉਂਦੇ ਵੱਸਦੇ ਰਹੋ ਅੱਲਾ ਦੇ ਹਵਾਲੇ ਫਿਰ ਸਹੀ ਕਦੀ ਠੀਕ ਹੈ ਰਾਤ ਨੂੰ ਜੇਕਰ ਹੋਇਆ ਤਾਂ ਫਿਰ ਵੀਡੀਓ ਜਿਹੜੀ ਆਪਾਂ ਰਾਤ ਦੀ ਵੀ ਤੁਹਾਡੇ ਨਾਲ ਸਾਂਝੀ ਕਰ ਲਵਾਂਗੇ ਠੀਕ ਹੈ ਚੱਲੀਏ ਬਾਅਦ ਖਿਆਲ ਨਹੀਂ ਉਹ ਚਾਰੇ ਹੀ ਉਹ ਰਹਿ ਗਏ ਬਸ